ਪਲੱਸ 2 ਹੋ ਗਈ ਹੁਣ ਇਹਦੀ। ਮੈਂ ਸੋਚਦਾ ਆਪਾਂ ਇਹਦੇ ਫਿਊਚਰ ਦਾ ਸੋਚੀਏ ਕੁਝ, ਆਪਾਂ ਇਹਨੂੰ ਦਰਜੀ ਨਾ ਬਣਾ ਦਈਏ। ਕਿਉਂ? ਹੋਰ ਜੋ ਮਰਜ਼ੀ ਹੋ ਜੇ, ਬੰਦਾ ਇੱਕ ਦਰਜੀ ਦੇ ਪੈਸੇ ਹੀ ਨਾਪ ਸਕਦਾ। ਪੈਸੇ ਲੈ ਲਾ, 2000 ਰੁਪਏ ਤੈਨੂੰ ਬੰਦਾ ਫੜਾਉਂਦਾ। ਠੀਕ ਹੈ ਭਾਜੀ, ਬਿਲਕੁਲ ਹਾਂ। ਦਰਜੀ ਨਹੀਂ ਬਣਾਉਣਾ ਇਹਨੂੰ, ਆਪਾਂ ਯੂਟਿਊਬਰ ਬਣਾਉਂਦੇ ਹਾਂ ਕਿ ਆਪੇ ਫਨੀ ਵੀਡੀਓ ਬਣਾਉਂਦਾ ਰਿਹਾ ਕਰੂਗਾ ਯੂਟਿਊਬ ਤੇ। ਆਹੋ ਯੂਟਿਊਬਰ ਬਣਾ ਦਈਏ, ਬਾਅਦ ਚੋਂ ਹਰ ਇੱਕ ਲੋਕਾਂ ਕੋਲ ਆਇਆ ਭਾਜੀ ਸਬਸਕ੍ਰਾਈਬ ਕਰ ਦਿਓ, ਭਾਜੀ ਸਬਸਕ੍ਰਾਈਬ ਕਰ ਦਿਓ, ਸੱਚਾਈ ਮੰਗਦਾ ਵੇ ਮੰਗਤਾ ਬਣਾ ਦਈਏ ਫਿਰ। ਹੈ ਆਪਾਂ ਇਹਨੂੰ ਇੰਜੀਨੀਅਰ ਨਾ ਬਣਾ ਦਈਏ? ਨਹੀਂ ਡਾਕਟਰ ਬਣਾਉਂਦੇ ਹਾਂ। ਇੰਜੀਨੀਅਰ ਬਣਾਉਂਦੇ ਹਾਂ? ਨਹੀਂ ਡਾਕਟਰ ਬਣਾਉਂਦੇ ਹਾਂ। ਨਹੀਂ ਡਾਕਟਰ ਬਣਾਉਂਦੇ ਹਾਂ। ਪੈਟਰੋਲ ਔਰ ਡੀਜ਼ਲ ਕੇ ਦਾਮ ਆਪਕੋ ਬਤਾ ਦੇ, ਪਾਵਰ ਪੈਟਰੋਲ 102 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਔਰ ਸਾਮਾਨਯ ਪੈਟਰੋਲ 99 ਰੁਪਏ 56 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਲਗਾਤਾਰ ਵਧ ਰਹੇ ਹੈ ਪੈਟਰੋਲ ਔਰ ਡੀਜ਼ਲ ਕੇ ਦਾਮ ਆਪਕੋ ਬਤਾ ਦੇ ਕਿ ਦੇਸ਼ ਕੀ ਰਾਜਧਾਨੀ ਹਾਂਜੀ ਭਾਜੀ ਕਿੰਨੇ ਦਾ? ਪਾ ਦੋ 20 ਦਾ। ਹੱਥ ਕਰਿਓ ਉਹ, ਹੱਥ ਕਰਿਓ। ਹਲੋ, ਹੋਰ ਮਾਮਾ ਤੈਨੂੰ 20 ਚ ਟੈਂਕੀ ਫੁੱਲ ਕਰਤੀਏ? ਚੱਲ ਜਾ ਚੱਲ ਜਾ। ਕਿੰਨੇ ਦਾ ਭਾਜੀ? ਆ ਭਾਜੀ ਟੈਂਕੀ ਫੁੱਲ ਕਰ ਦਿਓ ਜੀ। ਆ ਭਾਜੀ ਟੈਂਕੀ ਫੁੱਲ ਕਰ ਦਿਓ ਜੀ। ऐसे हालात में बेहतर यही है कि वक्त रहते इंसान सतर्क होकर अपने जज्बात को काबू में रखकर अपने कदम पीछे हटा ले और अपनी जिंदगी को एक नई दिशा की तरफ मोड़ने की कोशिश करे। सत श्री अकाल जी, तुसी देख रहे हो की न्यूज, खबर एहो जही कि तुसी भी सोचोगे एक की सी न्यूज। चलो जी ले चलते हैं आज की सब तो वड्डी खबर वाले। खबर है जी कि पेट्रोल ते डीजल दी कीमतों विच हुई है भारी गिरावट। तुहानू एक बारी फिर दस दईए, केंद्र सरकार वालों जी ये जिहड़ा फैसला लिया गया है कि पेट्रोल ते डीजल दी कीमतों विच हुई है भारी गिरावट। पेट्रोल 2 पैसे ते डीजल 4 पैसे कीता गया सस्ता, जिसको बस आम जनता ने लिया है वधी हुई कीमत करके। पापा पापा मैं पेट्रोल लेके आई हां। पेट्रोल? तेरे को इतनी धन दौलत आई कितों? पापा मैं ना गो इंडिया दा न्याणा तनी वेच आई कितें? नहीं नहीं पापा, तेरी किडनी किथे आ? कोली आ। तेरे को इतने पैसे आई कितों? ओ पापा मैं ना एक्टिवा वेच के पेट्रोल ले आई हां। स्कूटी ता तू वेच आई हां, इनु पौणा किथे आ? तेरे सिर च? हो गल ता तुहाडी भी ठीक आ। गल ता मेरी ठीक है पापा। ਆ ਕੀ ਕਹਿ ਰਹੇ ਹੋ ਪਾਪਾ? ਠਹਿਰ ਠਹਿਰ ਜਰਾ ਠਹਿਰ ਜਰਾ ਤੂੰ।